Prime Voice of Canada. The Prime Voice of Canada. ਗੋਪੀ ਡੀ ਜੀਆਂ ਨੂੰ ਮੈਂ ਜੱਗੀ ਡੀ ਸੁਣਦਾ ਹੁੰਦਾ ਸੀ। ਹਾਂਜੀ, ਆ ਗੋਪੀ ਡੀ ਮੈਂ ਬਹੁਤ ਦੇਰ ਬਾਅਦ ਸੁਣਿਆ। ਪੂਰਾ ਨਾਂ ਕੀ ਹੈ ਜੀ? ਗੁਰਪ੍ਰੀਤ ਧਾਲੀਵਾਲ ਜੀ। ਗੁਰਪ੍ਰੀਤ ਧਾਲੀਵਾਲ, ਤੇ ਨਾਂ ਤੇ ਪਹਿਲਾਂ ਹੀ ਆਰਟਿਸਟਾਂ ਵਾਲਾ ਪਿੱਕ ਕਰ ਲਿਆ। ਥੈਂਕ ਯੂ। ਮੈਨੂੰ ਇਹ ਤਾਂ ਨਹੀਂ ਪਤਾ ਜੱਜਸ ਕੀ ਕਹਿਣਗੇ ਤੇ ਤੁਸੀਂ ਸੁਣਾਉਣਾ ਕੀ ਹੈ। ਠੀਕ ਹੈ ਜੀ, ਪਰ ਨਾਂ ਮੈਨੂੰ ਚੰਗਾ ਲੱਗਿਆ। ਮੈਨੂੰ ਲੱਗਦਾ ਕਿ ਤੁਸੀਂ ਆਰਟਿਸਟ ਬਣਨ ਵਾਲੇ ਹੋ। ਬਹੁਤ ਬਹੁਤ ਧੰਨਵਾਦ ਜੀ। ਤੇ ਕਿੰਨੀ ਕੁ ਦੇਰ ਹੋ ਗਈ ਗਾਉਂਦਿਆਂ ਨੂੰ? ਮੈਨੂੰ ਵੀ ਬਚਪਨ ਦਾ ਹੀ ਸ਼ੌਂਕ ਹੈ ਤੇ ਮੈਂ ਟ੍ਰੇਨਿੰਗ ਲੈਣੀ ਸ਼ੁਰੂ ਕਰਤੀ ਸੀਗੀ 8ਵੀਂ ਦੇ ਵਿੱਚ। ਅੱਛਾ ਜੀ, ਦੇ ਵਿੱਚ ਤੇ ਬਾਅਦ ਚ ਬੱਚੇ ਵਿਚਾਰੇ ਛੱਡ ਗਏ ਸੀਗੇ। ਅੱਛਾ ਜੀ, ਤੇ ਹੁਣ ਦੁਬਾਰੇ ਫੇਰ ਸ਼ੁਰੂ ਕੀਤੀ ਹੈ। ਮੈਨੂੰ 3-4 ਮਹੀਨੇ ਹੋ ਗਏ। ਸੁਰੀਲੇ ਬੰਦਿਆਂ ਦਾ ਗਾਣਾ ਤੁਸੀਂ ਸੁਣਾਉਣਾ? ਥੈਂਕ ਯੂ ਜੀ। ਤੇ ਫਿਰ ਆਉਣ ਦਿਓ। ਠੀਕ ਹੈ ਜੀ। Prime Voice of Canada. ਜਿਤਨਾ ਦਿਆ ਸਰਕਾਰ ਨੇ ਮੁਝਕੋ ਉਤਨੀ ਮੇਰੀ ਔਕਾਤ ਨਹੀਂ ਹੈ। ਜਿਤਨਾ ਦਿਆ ਸਰਕਾਰ ਨੇ ਮੁਝਕੋ ਉਤਨੀ ਮੇਰੀ ਔਕਾਤ ਨਹੀਂ ਹੈ। ਯੇ ਤੋ ਕਰਮ ਹੈ ਮੇਰੇ ਦਾਤਾ ਕਾ, ਵਰਨਾ ਮੁਝ ਮੈਂ ਤੋ ਕੋਈ ਬਾਤ ਨਹੀਂ ਹੈ। ਵਰਨਾ ਮੁਝ ਮੈਂ ਤੋ ਕੋਈ ਬਾਤ ਨਹੀਂ ਹੈ। ਨੈਣਾ ਦੇ ਹਰਿਫ ਪੜਾਵਾਂ ਕਿਵੇਂ, ਦਿਲ ਤੇ ਲਿਖੀਆਂ ਵਖਾਵਾਂ ਕਿਵੇਂ। ਨੈਣਾ ਦੇ ਹਰਿਫ ਪੜਾਵਾਂ ਕਿਵੇਂ, ਦਿਲ ਤੇ ਲਿਖੀਆਂ ਵਖਾਵਾਂ ਕਿਵੇਂ। ਇਹਨਾਂ ਸੋਚਾਂ ਵਿੱਚ ਰਹਿਣਾ, ਦਿਲ ਨੂੰ ਅਕਸਰ ਕਹਿਣਾ, ਜਿਹੜੀ ਇਸ਼ਕ 'ਚ ਚੱਲਦੀ ਏ ਉਹਦੇ ਰੰਗ ਵਿੱਚ ਟਲਦੀ ਏ, ਉਹ ਨਬਜ ਪਛਾਣੇ ਨਾ। ਮੇਰਾ ਪੀਰ ਜਾਣੇ ਮੇਰੀ ਪੀਰ ਓ ਜਾਣੇ ਨਾ, ਮੇਰਾ ਪੀਰ ਜਾਣੇ ਮੇਰੀ ਪੀੜ ਓ ਜਾਣੇ ਨਾ। ਮੇਰਾ ਪੀਰ ਜਾਣੇ ਮੇਰੀ ਪੀੜ ਓ ਜਾਣੇ ਨਾ। ਮੇਰਾ ਪੀਰ ਜਾਣੇ ਮੇਰੀ ਪੀੜ ਓ ਜਾਣੇ ਨਾ। ਗਲਤ ਹੈ ਵੀ ਗੋਪੀ ਡੀ। ਥੈਂਕ ਯੂ ਜੀ। ਸੱਚੀ ਵਿਟਾਮਿਨ ਡੀ ਨਹੀਂ ਨਿਕਲਿਆ ਤੂੰ। ਥੋੜ੍ਹਾ ਐਨਾਲਿਸਿਸ ਬੜਾ ਜ਼ਰੂਰੀ ਹੁੰਦਾ ਸਿੰਗਿੰਗ 'ਚ ਨਾ। ਠੀਕ ਹੈ ਜੀ। ਜਿਹੜੀ ਤਲਫੁਜ਼ ਦੀ ਪ੍ਰੋਬਲਮ ਬਹੁਤ ਜ਼ਿਆਦਾ, ਜਿਵੇਂ ਔਕਾਤ ਕੋਈ ਸ਼ਬਦ ਨਹੀਂ, ਔਕਾਤ ਦੀ ਗੱਲ ਸੀ। ਠੀਕ ਹੈ ਜੀ, ਹੈ ਨਾ। ਹੋਰ ਵੀ ਮਿਸਟੇਕ ਸੀ ਐਂਡ ਚਲੋ ਤੁਸੀਂ ਦੂਰ ਰਹਿੰਦੇ ਹੋ। ਹਾਂਜੀ, ਪੰਜਾਬ ਤੋਂ ਤਾਂ ਇਹ ਚਲੋ ਥੋੜ੍ਹੀ ਬਹੁਤ ਇਹੋ ਜਿਹੀ ਮਿਸਟੇਕ ਜਿਹੜੀ ਛੱਡੀ ਜਾ ਸਕਦੀ ਹੈ। ਹਾਂਜੀ, ਬਟ ਜਦੋਂ ਤੁਹਾਡੀ ਗ੍ਰਿਪ ਨਹੀਂ ਹੈ ਨਾ ਸ਼ੇਰ 'ਤੇ ਪੂਰੀ, ਠੀਕ ਹੈ, ਉਹਨੂੰ ਲੋੜ ਨਹੀਂ ਹੈ। ਠੀਕ ਹੈ ਜੀ। ਗਾਣਾ ਤੁਸੀਂ ਅੱਛਾ ਗਿਆ, ਜਦੋਂ ਗਾਣਾ ਸ਼ੁਰੂ ਕੀਤਾ ਹਾਂਜੀ ਉਹ ਟਰੂ ਸੀ, ਮਤਲਬ ਸੁਰ ਸਾਰੇ ਔਖਾ ਇਹ ਗਾਣਾ। ਠੀਕ ਹੈ ਜੀ। ਮੈਂ ਮੇਰੇ ਭਰਾ ਨੇ ਕਿਹਾ, ਹਾਂਜੀ ਹੁਣ ਮੈਨੂੰ ਇੱਕ ਬੀਟ ਸੌਂਗ ਸੁਣਾਓ। ਬੀਟ ਦਸ ਭਾਈ ਦਾ ਗਾ ਦੋ, ਕਿਸੇ ਦਾ ਵੀ ਜਿਹੜਾ ਤੁਹਾਨੂੰ ਬੀਟ ਗੀਤ ਆਉਂਦਾ ਜੀ। ਜੀ ਬਈ ਇਹ ਹਿੰਦੀ ਗਾਣਾ ਬਹੁਤ ਅੱਛਾ ਗਾਉਣਗੇ ਪਲੀਜ਼। ਅੱਛਾ ਜੀ, ਇਹਨਾਂ ਤੋਂ ਹਿੰਦੀ ਗਾਣਾ ਸੁਣਿਆ ਜਾ ਰਿਹਾ, ਲੈਂਗੁਏਜ ਦੱਸਦੇ ਆ ਵੀ ਹਿੰਦੀ ਇਹ ਗਾਉਣ, ਕਿਉਂਕਿ ਨਾ ਵੀ ਮੈਨੂੰ ਲੱਗਦਾ ਕਿ ਬਾਲੀਵੁੱਡ 'ਚ ਜਾਣ ਵਾਲਾ। ਆਉਣ ਦਿਓ ਜੀ ਹਿੰਦੀ, ਆਉਣ ਦਿਓ ਜੀ ਕੋਈ ਹਿੰਦੀ ਹਿੰਦੀ ਸੁਣਾਓ। ਹਿੰਦੂ ਲਫ਼ਜ਼ ਕੀ ਹੈ, ਬਾਤੇ ਕਹੀ ਹੈ ਕਿਉਂ ਦਰਮੀਆਂ ਫੇ ਰੁਖੀ ਰੁਖੀ, ਕਹਿ ਵੀ ਨਾ ਪਾਏ ਰਹਿ ਵੀ ਨਾ ਪਾਏ, ਯੇ ਬੇਵਜ਼ਾਏ ਹੈ ਬੇਵਜ਼ੀ, ਤੁਮ ਮੈਂ ਹਮ ਹੋ ਹਮ ਮੈਂ ਤੁਮ ਹੋ, ਤੁਮ ਸੇ ਹਮ ਹੈ ਹਮ ਸੇ ਤੁਮ ਹੋ, ਕਿਸਮਤੋਂ ਸੇ ਮਿਲਤੇ ਹੈ ਦੋ ਦਿਲ ਯਹਾਂ,
हर किसी को नहीं मिलता यार। रुको रुको रुको, पर तुहानू टिकट मिल गया अगले रोज। थैंक यू जी। मिल गया जी? हाँ मिल गया। दे दे बहुत धन्यवाद जी। और ए वाले सॉन्ग ने दिलाया। हाँ जी थैंक यू जी, बहुत धन्यवाद। रोमांटिक दा ट्रेडिशनल दा तैयारी खूब करनी पैनी है। जजेस दे कहण मुताबिक सुनदा पक्का है तू? हां जी। पर अपने गाने दी जिहड़ी सिलेक्शन है इहदा ध्यान रखना। ठीक है जी। ओके ठीक है जी। क्योंकि अगली बार रिदम सारा कुछ ना लाना तो फिर मुश्किल हो जाएगी। ठीक है जी, ये ध्यान रखना, ये गल्लां दा ध्यान करना जरूरी। हाँ जी। स्वर दा पक्का जे भाई वीर होना ने कहता ना, स्वर दा पक्का तो पक्का ही है। ठीक है जी। क्योंकि बहुत बंदे फेमस बहुत घट होंगे ने, जिवें मैं भी हाँ, भरा होनी भी ने, हो सकता सी फेमस घट हो गया अपने टाइम दे हैगे असीं। हाँ जी। पर सानू सुर बारे रब दे हुक्म नाल बहुत नॉलेज है, सुनना सानू आउंदा, गाउणा अजे तक नहीं आया। इस करके मेहनत पूरी करनी है कट के। थैंक यू जी। हाँ अच्छा, अगले राउंड की तुहानू गोपी जी टिकट मिल गई है, किवें लग रहा है? बहुत खुशी हो रही है जी, एक्साइटेड बहुत ज़्यादा। तो हम आप घर अगर तैयारी करनी है पूरी, जिस तरह के गाने अपने जजेस मंगणगे उस तरह के आप रेडी करके आवेंगे, क्योंकि वार स्टाइल होना चाहिए कलाकार। वार स्टाइल होवे जिद्दां दे कहणगे आप उद्दां दे रेडी करके लेके आवेंगे। ओके, चक दिओ फटे। ठीक है, थैंक यू, गुड लक। थैंक यू। Prime Voice of Canada.